ਆ ਟੋਟੇ ਨੂੰ ਕਿੱਧਰ ਲਈ ਫਿਰਦਾ ਹੈ? ਜੇ ਵਰਦੀ ਨਾ ਹੁੰਦੀ ਨਾ ਤੇਰੇ, ਇੱਕ ਧਰਦਾ ਮੂੰਹ ਤੇ ਚਪੇੜਾ। ਮੋਟਰ ਤੇ ਚੱਲੇ ਜਾ ਹੋਟਲ 'ਚ, ਤੈਨੂੰ ਬੋਲਣ ਦੀ ਅਕਲ ਨਹੀਂ ਹੈਗੀ। ਇਹ ਜਵਾਕ ਵੀ ਤਿਆਰ ਹੋਣ ਤੇ ਬਹੁਤ ਟਾਈਮ ਲਾ ਦੇ। ਆ ਜਾ ਪੁੱਤ, ਹੁਣ ਲੇਟ ਹੋਣ ਲੱਗ ਰਿਹਾ, ਗਰਮੀ ਬਹੁਤ ਹੋ ਰਹੀ ਹੈ। ਆ ਗਈ ਬਾਪੂ ਜੀ। ਆ ਕੁੰਡਾ ਲਾ ਦੀ ਪੁੱਤ ਬਾਹਰ ਦਸ ਮਾਰ ਕੇ। ਬੈਠ ਗਈ ਪੁੱਤਰ? ਇੱਧਰ ਕੌਣ ਆਊਗਾ ਜੀ ਇੰਨੀ ਗਰਮੀ 'ਚ ਦੁਪਹਿਰੇ ਸੁੰਨੇ ਰਾਹ 'ਤੇ ਜੀ? ਉਹ ਬਲਦੇਵ, ਇਹੀ ਤਾਂ ਤੈਨੂੰ ਪਤਾ ਨਹੀਂ, ਉਹ ਇਸੇ ਸੁੰਨੇ ਰਾਹਾਂ 'ਤੇ ਬਲੈਕੀਏ ਸਮੈਕੀਏ ਇੱਧਰ ਦੀ ਆਉਣਗੇ। ਹੁਣ ਉਹਨਾਂ ਨੂੰ ਪਤਾ ਵੀ ਵੱਡੇ ਰਾਸਤੇ ਦਾ ਪੁਲਿਸ ਖੜੀ ਹੋਊਗੀ, ਹੁਣ ਉਹਨਾਂ ਨੂੰ ਐਂ ਨਹੀਂ ਪਤਾ ਨਾ ਵੀ ਛੋਟੇ ਰਾਸਤੇ 'ਤੇ ਵੀ ਪੁਲਿਸ ਖੜੀ ਹੈ। ਮੈਨੂੰ ਤਾਂ ਲੱਗਦਾ ਨਹੀਂ ਜੀ ਉਰੇ ਕੋਈ ਆਊਗਾ, ਆਪਾਂ ਰੋਡ ਰੂਡ 'ਤੇ ਲਾ ਲੈਣੇ ਆ ਨਾਕਾ, ਚਾਰ ਬੰਦੇ ਹੋਰ ਲਿਆਵਾਂਗੇ ਥਾਣੇ 'ਚੋਂ ਕੱਲ੍ਹ ਨੂੰ। ਉਹ ਕੋਈ ਨਾ ਕੋਈ ਨਾ ਬਲਦੇਵ, ਤੂੰ ਖੜ ਜਾ ਉਰੇ, ਨਾਲੇ ਖੱਬੇ ਸੱਜੇ ਨਿਗਾਹ ਰੱਖ, ਦੇਖ ਕੋਈ ਆਉਂਦਾ ਕਿ ਨਾ। ਇੱਧਰੋਂ ਮੋਟਰਸਾਈਕਲ ਜਿਹਾ ਤਾਂ ਆਉਂਦਾ ਜੀ, ਇੱਕ ਮਿਲਾ ਤਾਂ ਬੜਾ ਜਿਹਾ ਆਉਂਦਾ। ਦੇਖ ਦੇਖ ਇਹਨੂੰ, ਰੋਕ ਫਿਰ। ਹਾਂ ਦੇਖਦਾ ਜੀ ਮੈਂ। ਰੋਕ ਰੋਕ ਰੋਕ, ਉੱਤੇ ਚਾੜੇਗਾ। ਤੈਨੂੰ ਮੁਲਾਜ਼ਮ ਨਹੀਂ ਦਿਖਦੇ ਖੜੇ, ਇਹਦੇ ਕਾਗਜ਼ ਪੱਤਰ ਦਿਖਾ, ਬੰਦ ਕਰ ਲੈਣੂ। ਕੋਈ ਨਾ ਜਨਾਬ, ਕਾਗਜ਼ ਪੱਤਰ ਤਾਂ ਦਿਖਾ ਦਿੰਦਾ ਪੂਰੇ ਨੇ। ਜਨਾਬ ਤੁਸੀਂ ਦੇਖ ਤਾਂ ਲੈਂਦੇ ਘੱਟੋ ਘੱਟ, ਮੂਹਰੇ ਆ ਗਏ ਸੜਕ 'ਤੇ, ਘੱਟੋ ਘੱਟ ਡੰਡੇ ਹੀ ਮੂਹਰੇ ਕਰ ਲੈਂਦੇ, ਫਿਰ ਵੀ ਰੋਕ ਲੈਂਦਾ ਮੈਂ ਮੋਟਰਸਾਈਕਲ। ਬੁੜਾ ਬੰਦਾ, ਹੱਥ ਕੰਮ ਜਨ, ਬ੍ਰੇਕ ਨਾ ਲੱਗਣ, ਫਿਰ ਕਹੋਗੇ ਇਹ ਮਾੜੇ ਨੇ, ਗਲਤੀ ਆਪ ਕਰਦੇ ਹੋ। ਕਾਗਜ਼ ਤੁਹਾਨੂੰ ਦਿਖਾ ਦਿੰਦਾ, ਊਂ ਕਿਹੜਾ ਮੈਂ ਰੋਕਦਾ ਨਹੀਂ, ਕਾਗਜ਼ ਪੂਰੇ ਨੇ, ਮੈਨੂੰ ਕੋਈ ਡਰ ਹੈ? ਇੱਕ ਮਿੰਟ ਖੜ, ਮੈਂ ਜਨਾਬ ਨੂੰ ਦੱਸਦਾ। ਜਨਾਬ ਜਨਾਬ ਜੀ ਉੱਠੋ, ਆਹ ਬੜਾ ਅੜੀਆਂ ਕਰਦੇ ਜੀ। ਓਏ ਹਾਂ ਉਹ ਬੁੜਿਆ, ਬੜੀ ਆਕੜ ਹੈ ਤੇਰੇ 'ਚ, ਨਾਲੇ ਕਾਗਜ਼ ਪੱਤਰ ਦਾ ਛੱਡ, ਆ ਟੋਟੇ ਨੂੰ ਕਿੱਧਰ ਲਈ ਫਿਰਦਾ ਹੈ? ਕੋਈ ਸਾਡਾ ਵੀ ਯੋਗਦਾਨ ਪਵਾ। ਜਨਾਬ ਮੂੰਹ ਸੰਭਾਲ ਕੇ ਗੱਲ ਕਰੀਓ। ਹਾਂ ਜਲਕਦ ਨੇ ਗਿੱਠ ਦੀ ਜੀਭ ਕੱਢ ਕੇ ਕਹਿਤਾ, ਮੈਂ ਵਰਦੀ ਦੀ ਇੱਜ਼ਤ ਕਰਦਾ, ਜੇ ਵਰਦੀ ਨਾ ਹੁੰਦੀ ਨਾ ਤੇਰੇ, ਇੱਕ ਧਰਦਾ ਮੂੰਹ ਤੇ ਚਪੇੜਾ। ਓਏ ਇਸ ਉਮਰੇ ਟੁੱਟੇ ਹੱਡ ਜੁੜਦੇ ਨਹੀਂ, ਨਾਲੇ ਤੈਨੂੰ ਪਤਾ ਹੈ ਪੁਲਿਸ ਦੀ ਕਟਾਈ ਕਿੰਨੀ ਭੈੜੀ ਹੁੰਦੀ ਹੈ। ਉਹ ਤਾਂ ਮੈਨੂੰ ਸਾਰਾ ਪਤਾ ਹੈ ਜਨਾਬ, ਵੀ ਸਾਰੀ ਪੁਲਿਸ ਨਹੀਂ ਮਾੜੀ ਹੁੰਦੀ, ਵਿੱਚ ਪੰਚਰ ਹੁੰਦੇ ਨੇ ਜਿਹੜੇ ਗਲਤੀਆਂ ਕਰਦੇ ਨੇ, ਸਜ਼ਾ ਸਾਰਿਆਂ ਨੂੰ ਭੁਗਤਣੀ ਪੈਂਦੀ ਹੈ। ਦੇਖ ਦੇਖ ਕਿਵੇਂ ਉੱਚੀ ਆਵਾਜ਼ 'ਚ ਗੱਲ ਕਰਦਾ, ਨਾਲੇ ਤੇਰੇ ਸਾਹਮਣੇ ਅਫਸਰ ਖੜਾ, ਅਫਸਰ ਦੇਖ ਪਟੋਲੇ ਕਰਕੇ ਕਿਵੇਂ ਧੜਕਦਾ। ਜਨਾਬ ਮੂੰਹ ਸੰਭਾਲ ਕੇ ਗੱਲ ਕਰੋ, ਜੇ ਮੋਟਰਸਾਈਕਲ ਦੇ ਮਗਰ ਕੋਈ ਔਰਤ ਬੈਠੀ ਹੈ, ਉਹ ਪੁਰਜੇ ਟੋਟੇ ਪਟੋਲੇ ਨਹੀਂ ਹੁੰਦੇ ਹੈਗੇ, ਇਹ ਮੇਰੀ ਨੂੰਹ ਹੈ, ਮੇਰਾ ਮੁੰਡਾ ਕੰਮ 'ਤੇ ਟਰੈਕਟਰ ਲੈ ਕੇ ਜਾ ਰਿਹਾ, ਤਾਂ ਕਰਕੇ ਅੱਜ ਇਹ ਢਿੱਲੀ 'ਤੇ ਮੈਨੂੰ ਦਵਾਈ ਦਵਾਉਣ ਨਾਲ ਜਾਣਾ ਪੈ ਗਿਆ। ਜਨਾਬ ਜਾਣ ਦਿਓ, ਕਾਹਨੂੰ ਖੱਜਲ ਹੁੰਦੇ ਹੋ ਜੀ ਇਹਦੇ ਨਾਲ? ਉਹ ਚੱਲ ਬਲਦੇਵ, ਜੇ ਤੂੰ ਕਹਿਣਾ ਪਰਚਾ ਕੱਢ ਲੈ ਲੇ, ਠੰਡੇ ਠੰਡੇ ਹੱਥ ਨੂੰ ਡਰਾ ਕੇ ਘਰੇ ਬਾੜ ਦੇ। ਬਗ ਜਾ, ਵੱਡਾ ਬਣਿਆ ਫਿਰਦਾ ਮੁਲਾਜ਼ਮ। ਉਹ ਭੇਜ ਦੇ ਬਲਦੇਵ ਹੁਣੇ ਨੂੰ, ਤੇਰੇ ਬੱਚੇ 3600 ਦੇਖੇ ਨੇ। ਉਹ ਬਗ ਜਾ ਠੰਡਾ ਠੰਡਾ। ਜਨਾਬ ਮਾੜਾ ਮੋਟਾ ਦੇਖ ਲਿਆ ਕਰੋ ਜੀ, ਪਹਿਲਾਂ ਕਿੰਨੇ ਵਾਰੀ ਬਣ ਗਈ ਆਪਣੇ ਨਾਲ। ਉਹ ਚੱਲ ਕੋਈ ਨਾ ਬਲਦੇਵ, ਤੂੰ ਬਾਦੇ ਦਿਮਾਗ ਜਾ ਨਾ ਖਾ, ਤੂੰ ਦੇਖ ਕੋਈ ਹੋਰ ਆਉਂਦਾ ਕਹਿੰਦਾ। ਸੁਪਨਾ ਹੋ ਗਈ ਪਾਲੀਏ, ਆ ਮੈਨੂੰ ਹੀ ਰਹਿ ਗਈ ਨੀ, ਸੁਪਨਾ ਹੋ ਗਈ ਪਾਲੀਏ, ਸਕੂਲ ਵਿੱਚ ਮਾਰਾਂ ਗੇੜਾ, ਦੇਖਣ ਨੂੰ ਮੁਖੜਾ ਤੇਰਾ, ਆ ਕਿੱਥੇ ਜਾ ਬਹਿ ਗਈ ਨੀ, ਸੁਪਨਾ ਹੋ ਗਈ ਪਾਲੀਏ। ਤੁਹਾਡੀ ਭੈਣ ਨੂੰ ਆਹ ਮਾਮੇ ਕਿਵੇਂ ਖੜਨੇ ਇੱਥੇ, ਇਹ ਨਾ ਕਹਿੰਦੇ ਦਿਨ ਦੇਖਣ ਨਾ ਦਰਾਜ ਦੇਖਣ, ਹੈਂ ਇਹ ਚੱਕ ਕੇ ਮੂੰਹ ਕਿੱਧਰ ਖੜ ਜਾਂਦੇ ਨੇ। ਚੱਲ ਆਪਾਂ ਕੀ ਦਵਾ ਲੈਣਾ ਨੂੰ, ਭੈਣ ਸੌ ਚਾਰੀ ਨੇ ਜਾਗਰ ਨੇ ਪੁੱਤ ਮਾਰਿਆ ਕੰਮ ਹੈ।
ਸਪਨਾ ਹੋ ਗਈ ਪਾਲੀਏ ਮਿਲਣ। ਓਏ ਅਮਲੀ ਦੇ ਪਤਾ ਸਾਰਾ ਪਿੰਡ ਮਰ ਗਿਆ। ਓਏ ਅਮਲੀ ਦੇ ਉਹ ਕਿੱਧਰ ਆ? ਖੇਤੋਂ ਆਇਆ ਜੀ, ਕਦੇ ਜਾਂਦਾ ਸੀ। ਉਹ ਚੱਲ ਬਗਤਾ ਜਿੱਥੇ ਮਰਜੀ ਜਾਈ, ਆ ਚੋਲੇ ਚ ਕੀ ਹੈ? ਚੋਲੇ ਚ ਜਨਾਬ ਭੁੱਕੀ ਹੈ, ਆਪਾਂ ਤਾਂ ਝੂਠ ਨੀ ਬੋਲਦੇ। ਅਮਲੀ ਬੰਦਾ ਜੀ ਕਦੇ ਝੂਠ ਬੋਲ ਨੀ ਸਕਦਾ, ਭੁੱਕੀ ਹੈ ਜਨਾਬ। ਉਹ ਕਿਉਂ ਮੌਤ ਨੂੰ ਮਖੌਲਾਂ ਕਰਦਾ ਹੈ? ਬੰਦੇ ਵਾ ਤਲਾਸੀ ਲੈ ਦੀ, ਪੁਰਾ ਫੜਾਓ ਇਹ ਝੋਲਾ ਜਾ। ਜਨਾਬ ਇਹ ਤਾਂ ਖਾਸਾ ਕੁਛ ਲਈ ਫਿਰਦੇ ਜੀ ਇਹ ਚ, ਕੱਢ ਕੇ ਤਾਂ ਦੇਖ ਕੀ ਹੈ। ਹਾਂ ਦੇਖੋ ਜੀ, ਉਹ ਇਹਦਾ ਭੁੱਕੀ ਲਈ ਫਿਰਦਾ ਹੈ, ਬਲੈਕ ਕਰਦਾ। ਓਏ ਜਨਾਬ ਜੀ ਤੁਹਾਨੂੰ ਪੰਜਾਹ ਵਾਰੀ ਗਿਰਦਾ, ਭੁੱਕੀ ਹੈ ਭੁੱਕੀ ਹੈ, ਮੈਂ ਝੂਠ ਬੋਲਦਾ ਤੁਹਾਨੂੰ, ਤੂੰ ਸੱਚ ਬੋਲਦਾ। ਆਪਾਂ ਤਾਂ ਕਹਿੰਦੇ ਇਹੋ ਜਿਹੇ ਬੰਦੇ ਨੇ ਝੂਠ ਬੋਲਦਾ। ਓਏ ਫਿਰ ਐਂ ਤਾਂ ਸਾਨੂੰ ਵੀ ਪਤਾ ਵੀ ਭੁੱਕੀ ਹੈ, ਕਰਦਾ ਤਾਂ ਬਲੈਕ ਹੈ ਜਨਾਬ। ਚਾਰ ਕਾਰਡ ਨੇ ਇਹ ਚ ਬਲੈਕ ਕੀ ਸੁਣ ਸੁਣਾ ਹੋਊਗਾ ਜੀ, ਕਹਿੰਦੇ ਤਾਂ ਖਾਣ ਵਾਸਤੇ ਰੱਖਿਆ, ਖੇਤ ਕੰਮ ਕੁੰਮ ਖਿੱਕਾ ਖੁੱਕਾ ਕੱਢਣੇ ਹੁੰਦੇ ਨੇ। ਸਾਲਿਆ ਇੰਨੀ ਖਾ ਜਾਣਾ ਤੂੰ? ਓਏ ਪਰ ਬੈਲ ਲੱਗਿਆ ਹੋਇਆ ਜੀ, ਘਰਦੇ ਆਪ ਲੈ ਕੇ ਦਿੰਦੇ ਨੇ, ਮੈਂ ਖਾਂਦਾ ਜੀ ਕਹਿੰਦੇ ਕੰਮ ਕਰਦਾ। ਜਨਾਬ ਹੱਥੋਂ ਲੱਗ ਜੂ। ਉਹ ਤੂਰਾ ਫੜਾਣਾ ਪਾਈਏ ਮੁੱਦਾ ਤੈਨੂੰ ਫੜਾ ਰਾਲਾ ਹੋਇਆ ਸਪਰੇਅ ਦਾ। ਉਹ ਜਨਾਬ ਹੱਥਾਂ ਨੂੰ ਲੱਗ ਜੇ ਗੱਲ, ਹੋਰ ਤਾਂ ਕੁਛ ਨਹੀਂ। ਚੱਲ ਕੰਨ ਫੜ ਜਨਾਬ, ਇਹ ਵੀ ਕੋਈ ਗੱਲ ਕਰਦੇ ਹੁੰਦੇ ਕੀ? ਉਹ ਸਾਲਿਆ ਉੱਦਾਂ ਫੜਨੇ ਜਨਾਬ ਦਾ ਨੀ ਬੈਠੇ ਤੇ ਕੰਨ ਫੜ ਬਣ ਰੇ ਮੁਰਗਾ ਜਨਾਬ, ਮੁਰਗਾ ਦਾ ਬਣ ਜਾਣਾ ਦੇਖੀ। ਮੇਰਾ ਲੱਖ ਲੱਖ ਦੀਆਂ ਮੈਸਾਂ ਨੇ, ਮੈਂ ਕੱਖ ਪਾਣੇ ਨੀ ਜਾ ਕੇ ਜੀ, ਉਹਨਾਂ ਨੂੰ ਪੁੱਛੋ ਕਿਹਾ ਸੂਣ ਵਾਲੀ ਮੈਸ ਆ ਜੀ, ਐ ਨਾ ਕਰੋ ਜੀ, ਸੁਣ ਗਈ ਨਾ ਗੱਲ। ਉਹ ਤੂੰ ਕੰਨ ਫੜਦਾ ਕਿ ਪਾਈਏ ਮੁੱਦਾ ਤੈਨੂੰ ਹੁਣ ਕੰਨ ਫੜਦਾ ਰੇ ਜਨਾਬ, ਮੈਂ ਠਾਣੇ ਮੁਰੇ ਤੁਹਾਨੂੰ ਲੱਗ ਜੀ, ਮੇਰੀ ਮੈਂ ਸਾਨੂੰ ਕੁਛ ਹੋ ਗਿਆ। ਉਹ ਬੰਦੇਵਾ ਇਹਦੇ ਛੱਡ ਦੋ ਤਿੰਨ, ਮੇਰੀ ਬਣਦਾ ਕਿਣਾ ਓਏ, ਮੇਰੀ ਪੂਰੀ ਮੈਂ ਸਹੀ, ਉਹਨੂੰ ਕੁਛ ਹੋ ਗਿਆ, ਮੈਂ ਤੁਹਾਡੇ ਠਾਣੇ ਮੁਰੇ ਤੁਹਾਨੂੰ ਲੱਗ ਜੀ। ਚੁੱਪ ਕਰਕੇ ਕੰਨ ਫੜ ਆ ਬਲਦੇਵ, ਹੋਰ ਦੇਖ ਕੋਈ ਆਉਂਦਾ ਕਿਣਾ। ਇੱਕ ਮਸ਼ਹੂਰ ਜਿਹਾ ਆਉਂਦਾ ਜੀ ਵੀਰੇ। ਹਾਂ ਭੈਣੇ, ਹੱਦ ਦਾ ਤਰੀ ਕਮਾਲ ਹੋ ਗਈ, ਫਿਰ ਮੈਨੂੰ ਕਹਿੰਦਾ ਮੈਂ ਨਾ ਲੜ ਪਈ ਨਾ ਲੜਾ ਨਾ, ਹੋਰ ਕੀ ਕਰਾਂ। ਬਾ ਚੱਲਦਿਆਂ ਥੋੜੀ ਗੇਮ ਰਹਿ ਗਈ, ਦੋ ਮਿੰਟ ਰੁਕ ਜਾ। ਤੈਨੂੰ ਮੈਂ ਦੇਖ ਲਾ 10 ਵਾਜਾਂ ਮਾਰਤੀਆਂ ਪਹਿਲਾਂ, ਜੇ ਮੇਰੇ ਫਾਰਮ ਨਾ ਅੱਜ ਫਿੱਲ ਨਾ ਹੋਏ ਮੈਨੂੰ ਐਡਮਿਸ਼ਨ ਨਹੀਂ ਮਿਲਣੀ, ਕਢਾਓ ਜਾ। ਚੱਲਦਿਆਂ ਭੈਣੇ, ਤੂੰ ਤਾਂ ਆਪ ਪਹਿਲਾਂ ਮੰਮੀ ਬੋਲ ਕੇ ਗਈ, ਹੁਣ ਤੂੰ ਲੱਗ ਜਾ। ਤੂੰ ਉੱਠਦਾ ਕਿ ਨਾ, ਥੋੜੀ ਗੇਮ ਰਹਿ ਗਈ, ਕੰਨ ਕੁੱਟਤੇ ਖੜਾਓ, ਹੋ ਖੜਾ, ਚੱਲ ਚੱਲਦਿਆਂ ਆ ਜਾ ਆ ਜਾ ਅੰਦਰ ਜਾ। ਉਹ ਲਾਲ ਐਸ ਮਾਰ ਕੇ ਹੋਣਾ ਬੰਦੇ ਵਾ, ਇਹਦੇ ਛੱਡ ਦੋ ਤਿੰਨ। ਮੇਰਾ ਸਾਲਾ ਠੁੰਕੇ ਜੇ ਲਾਈ ਜਾਂਦਾ, ਭਾਰੀ ਅਸਵੀਤ ਨਾ ਮਿਲਾ ਦੇਣਾ ਸਾਲਾ ਭਾਰੀ ਦਾ। ਰੋਕੋ ਰੋਕੋ, ਰੋਕ ਲੈ। ਉਹ ਕੀ ਹੋ ਵੇ ਚਾ? ਜਨਾਬ ਦਾ ਕੰਮ ਕਰਦੇ ਜੀ, ਦੋਜੀ ਆ। ਅੱਛਾ ਦੋਜੀ ਹੋ? ਹਾਂ ਜੀ। ਤਲਾਸੀ ਲੈਵਲ ਦੇ ਵਾ? ਤਲਾਸੀ ਨਹੀਂ ਕਿਹਾ, ਦੁੱਧ ਹੈ ਇਹਦੇ ਵਿੱਚ। ਦੁੱਧ ਹੈ ਜੀ, ਹੋਰ ਕੀ ਹੈ ਚ? ਉਹ ਦੁੱਧ ਆ ਜਨਾਬ ਜੀ ਇਹਦੇ ਵਿੱਚ। ਜਨਾਬ ਦੁੱਧ ਹੈ ਜੀ ਇਹ ਚ, ਹੋਰ ਕੀ ਹੋਣਾ ਜੀ, ਪਰ ਜਾਣ ਦਿਓ। ਹੌਲਦਾਰ ਸਾਹਿਬ ਆ ਐ, ਓਏ ਇੰਸਪੈਕਟਰ ਆ ਮੈਂ। ਜਨਾਬ ਇਹ ਪੱਕੇ ਬਲੈਕ ਹੀ ਨਹੀਂ ਜੀ ਇਹ, ਪਰਲੀ ਕਹਿੰਦੀ ਦੇਖੋ ਪੱਕਾ ਦਾਰੂ ਹੋਊਗੀ ਜੀ, ਐ ਝੂਠ ਨਹੀਂ ਬੋਲਦਾ ਮੈਂ, ਸੱਚ ਬੋਲੇ ਪਹਿਲਾਂ ਭੁੱਕਿਆ ਸੱਚ ਬੋਲੇ, ਦਾਰੂ ਪੱਕਾ ਹੋਊਗੀ। ਪਰਲੀ ਕਹਿੰਦੀ ਦੇਖੋ ਜੀ। ਅੱਛਾ ਦਾਰੂ ਦੀ ਬਲੈਕ ਕਰਦੇ ਨੇ? ਕਰਦੇ ਨੇ ਜੀ, ਮੇਰੇ ਪਿੰਡ ਦੇ ਨੇ। ਉਹ ਬਲਦੇਵ ਆ, ਪਰਲੀ ਕਹਿੰਦੀ ਤਲਾਸੀ ਲੈ ਲੈ ਲੈਣੇ ਜੀ, ਮੈਨੂੰ ਡੰਡ ਬੈਠਕਾਂ ਕਰਾਈ ਜਾਂਦੇ ਹੋ। ਦੇਖ ਲਓ ਜਨਾਬ, ਦੇਖੋ ਤੁਸੀਂ ਤਸੱਲੀ ਕਰੂੰਗੀ, ਕਰਾਂਗੀ। ਜਨਾਬ ਸੱਚੀਓਂ ਦਾਰੂ ਹੈ ਜੀ? ਅੱਛਾ, ਦੇਸੀ ਦਾਰੂ ਦੀ ਸਮਗਲਿੰਗ ਕਰਦੇ ਹੋ? ਉਹ ਕਾਹਨੂੰ ਕਰਦੇ ਆ ਜਨਾਬ, ਇਹਦਾ ਸੋਡਾ ਮਾਨ ਤਾਨ ਰੱਖਿਆ ਜੀ। ਅੱਛਾ, ਸਾਡਾ ਮਾਨ ਤਾਨ ਰੱਖਦੇ ਹੋ? ਉਹ ਚੱਲ ਬਲਦੇਵਾ, ਬੋਤਲ ਇੱਧਰ ਰੱਖ ਲੈ, ਤੇ ਇਹਨਾਂ ਨੂੰ ਜਾਣ ਦੇ। ਧੰਨਵਾਦ ਜਨਾਬ।
ਪਿੱਛੇ ਮੁੜ ਕੇ ਨਾ ਜਾ ਕੇ ਟੱਪ ਜਾਓ ਫਿਰ। ਜਨਾਬ ਇੱਕ ਗੱਲ ਕਹਾਂ, ਜਨਾਬ ਬੇਈਮਾਨਾ ਬਹੁਤ ਕਰਦੇ ਹੋ ਮੇਰੇ ਨਾਲ, ਆ ਜਿੰਨਾ ਬੇਈਮਾਨਾ ਕਾਹਤੋਂ ਕਰਿਆ ਜੀ। ਉਹ ਚੱਲ ਕੋਈ ਨਾ, ਜੇ ਉਹਨਾਂ ਤੋਂ ਅਸੀਂ ਨੇ ਦਾਰੂ ਲੈ ਕੇ ਉਹਨਾਂ ਨੂੰ ਛੱਡਤਾ, ਤੇਰੇ ਤੋਂ ਭੁੱਕੀ ਲੈ ਕੇ ਤੈਨੂੰ ਛੱਡ ਦਾਂਗੇ। ਜਨਾਬ ਨਾ ਮੈਂ ਖਾਵਾਂ ਨਾ ਮੈਂ ਖਾਣ ਦੇਵਾਂ ਜਨਾਬ। ਓਏ ਆ ਕੀ ਕਰਦਾ ਓਏ, ਸਬੂਤ ਮਿਲ ਗਿਆ ਜਨਾਬ, ਸਬੂਤ ਮਿਲ ਗਿਆ ਜੀ, ਮੇਰਾ ਸਾਲਾ ਨਿਕਲ ਗਿਆ। ਓ ਬਲਦੇਵ ਮਾਰ ਦੇ। ਨਹੀਂ ਆ ਜਾ ਜਨਾਬ ਜੀ, ਆ ਜਾ ਆ ਜਾ, ਆ ਦੇਖੋ ਆ ਭਈਆ ਦੇਸੀ, ਮੇਰੇ ਨਾਲ ਤੁਸੀਂ ਬੇਈਮਾਨਾ ਕਰਦੇ ਤੇ ਨਾ ਉਹ ਛੱਡਦੇ ਮੈਨੂੰ ਪਸਾਰਿਆ, ਐਜ ਵੀ ਦੇਸੀ ਹੈ ਦੇਸੀ, ਆ ਜਾ ਫੜ ਲਓ। ਬਲਦੇਵ ਆ ਦੇਸੀ ਵਾਲਾ ਤਾਂ ਆਪਣਾ ਵਧੀਆ ਜੰਗਾੜ ਬਣ ਗਿਆ, ਕੋਈ ਨਾ ਸ਼ਾਮ ਨੂੰ ਦੇਖਦੇ ਇਹਦੀ ਵੀ ਝੱਟ, ਇਹਨਾਂ ਨੂੰ ਰੋਕ 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 ਜਨਾਬ, ਰੋਕ ਲਿਆ ਕਾਗਜ ਪੱਤਰ ਦਿਖਾ ਦੇ। ਉਹ ਕੋਈ ਨਾ ਬਲਦੇਵ ਰਹਿਣ ਦੇ, ਇਹਨਾਂ ਨਾਲ ਮੈਂ ਕਰਦਾ ਗੱਲ। ਉਹ ਕਿੱਧਰ ਚੱਲਿਆ ਪ੍ਰੇਮੀ ਜੋੜਾ? ਸਦਕੇ ਸਦਕੇ ਜਾਵਾਂ ਤੁਹਾਡੇ, ਮੋਟਰ 'ਤੇ ਚੱਲੇ ਜਾ ਹੋਟਲ 'ਚ। ਮਾਇੰਡ ਯੂਅਰ ਲੈਂਗੁਏਜ ਇੰਸਪੈਕਟਰ, ਆਪਣੀ ਜ਼ਬਾਨ ਨੂੰ ਲਗਾਮ ਦਿਓ, ਤੁਹਾਨੂੰ ਕਿਸੇ ਨੇ ਤਮੀਜ਼ ਨਹੀਂ ਸਿਖਾਈ? ਪੰਜਾਬ ਪੁਲਿਸ 'ਚ ਤਾਂ ਭਰਤੀ ਹੋ ਗਏ, ਪਰ ਮੈਨੂੰ ਲੱਗਦਾ ਹੈ ਅਕਲ ਨਹੀਂ ਹੈ ਪੰਜਾਬ ਪੁਲਿਸ ਨੂੰ। ਦੱਸ ਤੂੰ ਚੁੱਪ ਕਰ, ਇਹਦੇ ਨਾਲ ਮੈਂ ਕਰਦਾ ਗੱਲ। ਹਾਂ ਓਏ ਕਰ, ਕਿਹੜੀ ਰਿਸ਼ਤੇ ਦੀ ਗੱਲ ਕਰਦਾ ਹੈ? ਤੈਨੂੰ ਬੋਲਣ ਦੀ ਅਕਲ ਨਹੀਂ ਹੈਗੀ? ਤੈਨੂੰ ਪਤਾ ਇਹ ਮੇਰੀ ਕੀ ਲੱਗਦੀ ਹੈ? ਸਿਆਣੇ ਕਹਿੰਦੇ ਨੇ ਪਹਿਲਾਂ ਤੋਲੋ ਫਿਰ ਬੋਲੋ, ਜਿਹੜੀ ਜੀਭ ਹੁੰਦੀ ਹੈ ਨਾ ਇਹ 'ਚ ਹੱਡੀ ਨਹੀਂ ਹੁੰਦੀ, ਇਹ ਹੱਡੀਆਂ ਤੜਵਾ ਦਿੰਦੀ ਹੈ। ਜਿਹੜਾ ਤੁਹਾਡੇ ਮੂੰਹ 'ਚ ਆਉਂਦਾ ਉਹੀ ਲਫ਼ਜ਼ ਭੌਂਕੀ ਜਾਂਦੇ ਹੋ, ਕਿਸੇ ਨੂੰ ਚੀਜੀ, ਕਿਸੇ ਨੂੰ ਪੁਰਜਾ, ਕਿਸੇ ਨੂੰ ਟੋਟਾ, ਕਰੇ ਵੀ ਐਵੇਂ ਬੋਲਦੇ ਹੋ। ਆਪਦੀ ਭੈਣ ਨੂੰ ਵੀ ਚੀਜੀ ਪੁਰਜਾ ਕਹਿੰਦਾ, ਮੇਰੀ ਭੈਣ ਲੱਗਦੀ ਹੈ, ਵੱਡੀ ਭੈਣ ਹੈ ਮੇਰੀ। ਜਨਾਬ ਨੂੰ ਕਿੰਨੇ ਵਾਰੀ ਸਮਝਾਇਆ, ਛਿੱਤਰ ਖਾਏ ਬਣਾਏ ਵੀ ਨਹੀਂ ਲੋਟ ਆਉਂਦਾ। ਉਹ ਮੂੰਹ ਸੰਭਾਲ ਕੇ ਗੱਲ ਕਰ, ਤਿੱਤਰ ਹੋ ਜਾ ਤਿੱਤਰ। ਉਹ ਬਲਦੇਵ ਡੱਕਰ ਇਹਨਾਂ ਨੂੰ, ਤੇਰੇ ਵਰਗੇ ਦੋ ਚਾਰ ਹੁੰਦੇ ਨੇ ਡਿਪਾਰਟਮੈਂਟ 'ਚ ਕਾਲੀ ਜਵਾਨ ਵਾਲੇ, ਛਿੱਤਰ ਖਾਣ ਦੀ ਆਦਤ ਹੁੰਦੀ ਹੈ, ਸਾਰੇ ਡਿਪਾਰਟਮੈਂਟ ਨੂੰ ਬਦਨਾਮ ਕਰ ਦਿੰਦੇ ਨੇ। ਚੱਲ ਵੀਰੇ ਚੱਲੀਏ, ਇਹਨਾਂ ਨੇ ਤਾਂ ਕਰਾ ਲਈ ਇੱਜ਼ਤ, ਜਿੰਨੀ ਕਿ ਕਰੀ ਸੋ ਤੂੰ ਨਹੀਂ ਕਰਾ ਲਈ ਆਪਦੀ। ਇਹ ਚੱਲ ਚੱਲ ਕੁੜੀਏ, ਇਹਨੂੰ ਲੈ ਜਾ, ਜੇ ਤੇ ਧਾਰਾਂ ਲਾਤੀਆਂ ਨਾ ਸਾਲੇ ਦੀ ਸਾਰੀ ਜ਼ਿੰਦਗੀ ਜੇਲ੍ਹ 'ਚ ਸੜ ਜੂਗੀ। ਤੂੰ ਸਾਡੇ ਧਾਰਾਂ ਮਗਰੋਂ ਲਵਾਵੇਂਗਾ, ਪਹਿਲਾਂ ਅਸੀਂ ਤੇਰੇ 'ਤੇ ਲਵਾਵਾਂਗੇ। ਕੀ ਵੀਰੇ ਤੇ ਮੂੰਹ ਲੱਗਦਾ, ਚੱਲ ਤੂੰ। ਜਨਾਬ ਕੀ ਖੱਟਿਆ ਜੀ ਤੜਕੀ ਦਾ, ਕਿਉਂ ਸਸਪੈਂਡ ਹੋਣਾ ਜੀ ਤੁਸੀਂ? ਆਪਦੇ ਆਹ ਲੱਛਣਾਂ ਤੋਂ ਬਾਜ਼ ਆ ਜਾਓ ਨਾ ਜੀ, ਇਹ ਤਾਂ ਮੈਂ ਆ ਤੁਹਾਡੇ ਨਾਲ ਗੱਲ ਦੱਬ ਜਾਂਦੀ ਹੈ, ਮੈਂ ਦੱਬ ਲੈਣਾ ਜੀ ਗੱਲ। ਉਹ ਚੱਲ ਕੋਈ ਨਾ ਬਲਦੇਵ, ਆ ਚੱਕ ਸਮਾਨ ਆਪਣਾ, ਆਪਾਂ ਚੱਲੀਏ ਥਾਣੇ 'ਚ ਜੀ। ਮਾੜਾ ਹਿਸਾਬ ਨਾਲ ਚੱਲਿਆ ਕਰੋ।